ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕਮ। ਤੁਸੀਂ ਵੇਖਦੇ ਹੋ ਮੇਰਾ ਯੂਟਿਊਬ ਚੈਨਲ ਪਿੰਡ ਪੰਜਾਬ ਦੇ ਪਾਕਿਸਤਾਨ। ਅਤੇ ਅੱਜ ਭਰਾਵਾਂ ਦੇ ਵਾਸਤੇ ਨਾ ਬੜੀ ਕਮਾਲ ਦੀ ਵੀਡੀਓ ਲੈ ਕੇ ਆਏ ਹਾਂ। ਬੋਲ ਤਾਂ ਸਾਡੇ ਕੋਲ ਹੈਗੇ 8-10, ਲੈ ਕੇ ਚੱਲਦੇ ਹਾਂ ਤੁਹਾਨੂੰ ਉਹਨਾਂ 'ਤੇ। ਦੂਸਰੀ ਗੱਲ ਭਰਾਵਾਂ ਨੂੰ ਦੱਸਦਾ ਜਾਵਾਂ, ਭਰਾਵਾਂ ਨੇ ਬਹੁਤ ਫੋਨ ਕੀਤੇ ਵੀ ਭਾਅ ਜੀ ਤੇਰੀ ਵੀਡੀਓ ਨਹੀਂ ਆਉਂਦੀ, ਵੀਡੀਓ ਨਹੀਂ ਆਉਂਦੀ। ਭਾਅ ਜੀ ਮੈਂ ਦੱਸਦਾ ਜਾਵਾਂ, ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਅਤੇ ਪੰਜਾਬ ਪਾਕਿਸਤਾਨ ਵਾਲਿਆਂ ਨੂੰ ਵੀ ਤਬੀਅਤ ਬਹੁਤ ਖਰਾਬ ਰਹੀ ਹੱਦ ਤੋਂ ਜ਼ਿਆਦਾ। ਦਿਲ ਅੱਜ ਵੀ ਕੋਈ ਨਹੀਂ ਸੀਗਾ ਕਰਦਾ ਆਉਣੇ ਨੂੰ, ਫਿਰ ਜਿੱਦਾਂ ਭਰਾ ਟੈਲੀਫੋਨ ਕਰਦੇ ਰਹਿੰਦੇ ਆ ਵੀ ਭਾਅ ਜੀ ਵੀਡੀਓ ਨਹੀਂ ਤੁਹਾਡੀ ਆਉਣ ਦੀ, ਭਾਅ ਜੀ ਵੀਡੀਓ ਨਹੀਂ। ਉਹਨਾਂ ਭਰਾਵਾਂ ਦਾ ਕਰਕੇ ਹੀ ਮੈਂ ਆਇਆ। ਅਤੇ ਇੱਕ ਤਾਂ ਤੁਹਾਨੂੰ ਬੋਲ ਦਿਖਾ ਦਈਏ, ਅਤੇ ਬਾਕੀ ਮੈਨੂੰ ਗੱਲ ਮੈਂ ਦੱਸਦਾ ਜਾਵਾਂ, ਜਿਹੜੀ ਮੇਨ ਟੌਪਿਕ ਦੀ ਜਿਹੜੀ ਕਮਾਲ ਦੀ ਗੱਲ ਇਹ ਆ ਵੀ ਮੈਨੂੰ ਸਾਰੀਆਂ ਕੰਟਰੀਆਂ ਤੋਂ ਵਾਚ ਕਰਦੇ ਆ ਬੰਦੇ, ਲੈਂਦੇ ਤੋਂ ਵੀ, ਚੜ੍ਹਦੇ ਤੋਂ ਵੀ, UK ਤੋਂ ਵੀ, USA ਤੋਂ ਵੀ, ਹਰ ਜਗ੍ਹਾ ਤੋਂ ਹੀ। ਪਰ ਮਾਣ ਬਹੁਤਾ ਉਦੋਂ ਮਹਿਸੂਸ ਹੁੰਦਾ, ਖੁਸ਼ੀ ਉਦੋਂ ਬਹੁਤੀ ਮਹਿਸੂਸ ਹੁੰਦੀ ਹੈ, ਚਾਅ ਉਦੋਂ ਚੜ੍ਹਦਾ ਜਦੋਂ ਚੜ੍ਹਦੇ ਪੰਜਾਬ ਵਾਲੇ ਭਰਾ ਆਪਣੀ ਵੀਡੀਓ 'ਤੇ ਹੁੰਦੇ ਆ, ਆਪਣੇ ਦਿਲ ਦੀ ਗੱਲਬਾਤ ਦੱਸਦੇ ਆ। ਕਿਉਂਕਿ ਚੜ੍ਹਦੇ ਪੰਜਾਬ ਵਾਲਿਆਂ ਭਰਾਵਾਂ ਨਾਲ ਆਪਣੀ ਸੰਗਤ ਬਹੁਤ ਗੂੜ੍ਹੀ ਆ, ਬੋਲੀ ਇੱਕ, ਰਹਿਣ ਸਹਿਣ ਇੱਕ, ਗੱਲਬਾਤ ਇੱਕ, ਅਤੇ ਦੂਜਾ ਮੇਰਾ ਜਿਹੜਾ ਪਿਛੋਕੜ ਆ ਉਹ ਚੜ੍ਹਦੇ ਪੰਜਾਬ ਤੋਂ ਆ। ਸਾਡੇ ਜਿਹੜੇ ਵੱਡੇ ਦਾਦੇ ਪੜਦਾਦੇ ਸੀਗੇ ਉਹ ਚੜ੍ਹਦੇ ਪੰਜਾਬ ਤੋਂ ਸੀਗੇ, ਫਿਰ ਸੰਨ 47 ਦੀ ਵੰਡ ਨੇ ਬਹੁਤ ਕੁਛ ਕੀਤਾ, ਇੱਧਰ ਦਾ ਉੱਧਰ, ਉੱਧਰ ਦਾ ਇੱਧਰ, ਤਾਂ ਕਰਕੇ ਚੜ੍ਹਦੇ ਪੰਜਾਬ ਵਾਲਿਆਂ ਭਰਾਵਾਂ ਨਾਲ ਸੰਗਤ ਬਹੁਤ ਗੂੜ੍ਹੀ ਆ, ਅਤੇ ਮਾਣ ਬਹੁਤ ਮਹਿਸੂਸ ਹੁੰਦਾ ਜਦੋਂ ਉਹ ਆਉਂਦੇ ਨੇ ਵੀਡੀਓ 'ਤੇ। ਹੁਣ 4 ਬੋਲ ਦਾ ਵਾ, ਫਿਰ ਤੁਹਾਨੂੰ ਹੋਰ ਵੀ ਦਿਖਾਉਣੇ ਆ, ਮੂੰਹ ਤੋਂ ਵੀ ਪੁੱਛ ਲੈਂਦੇ ਆ ਕਿੰਨੇ ਕਿੰਨੇ ਆ। ਭਾਅ ਜੀ ਆ ਜਾਂਦੇ ਆ ਕੋਲ ਮੇਰੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਵਿੱਚੋਂ ਸੇਲ ਕਰਨ ਵਾਲੇ ਵੀ ਹੈਗੇ ਆ। ਭਾਅ ਜੀ ਨੂੰ ਬੁਲਾ ਲੈਂਦੇ ਹਾਂ ਵੀ ਭਾਅ ਜੀ ਸੇਲ ਕਰਨ ਵਾਲੇ ਕਿਹੜੇ ਕਿਹੜੇ ਆ ਅਤੇ ਕੰਮ ਕਿਹੜਾ ਕਿਹੜਾ ਕਰਦੇ ਆ, ਭਾਅ ਜੀ ਕੋਲ ਸਾਰਾ ਹੀ ਪੁੱਛ ਲੈਣਾ ਆਪਾਂ। ਭਾਅ ਜੀ ਤੁਸੀਂ ਥੋੜ੍ਹਾ ਕਿ ਨਾ ਉੱਚੀ ਬੋਲਿਓ, ਹੈਂ ਇਹਦਾ ਨਾ ਵਿੱਚ ਫਿਰ ਆਪਾਂ ਨੰਬਰ ਦੇ ਦੇਣਾ ਵਾ, ਅਤੇ ਉਹ ਜਿਹੜੇ ਆਹ ਕੁਰਬਾਨੀ ਵਾਲੇ ਨਾ ਫਿਰ ਬੰਦੇ, ਹਾਂ ਇੱਥੇ ਹੀ ਹੁਣ ਖਲੋਜੋ, ਆਹ ਮੂੰਹ ਇਹਦਾ ਮਾੜਾ ਜਿਹਾ ਆਪਾਂ ਦਿਖਾਉਣਾ, ਹਾਂ ਇੱਥੇ ਬਸ ਹੋ ਜਾਓ ਸਾਈਡ 'ਤੇ, ਮੂੰਹ ਆਪੇ ਆਉਣਾ। ਭਾਅ ਜੀ ਜਿਹੜਾ ਵੱਡਾ ਬੋਲ ਦਾ ਚੀਨਾ, ਹੱਥ ਲਾਇਓ ਇਹਨੂੰ ਜ਼ਰਾ, ਇੱਧਰ ਲੈ ਇਹਨੂੰ। ਇਹ ਭਾਅ ਜੀ ਕਿੰਨਾ ਮੂੰਹ ਤੋਂ, ਇਹ ਛਿੱਗਾ ਵਾ, ਅਤੇ ਭਾਅ ਜੀ ਇਹ ਕਿਹੜੇ ਕਿਹੜੇ ਕੰਮ ਦਾ ਹਲੀ ਆ, ਹਲ ਦਾ, ਸੁਹਾਗੇ ਦਾ, ਖੋਪੇ ਇਹਨੂੰ ਹੈਗੇ ਆ, ਹਰ ਤਰ੍ਹਾਂ ਦਾ ਹੀ ਹਲੀ ਆ। ਮਤਲਬ ਇਹ ਭਾਅ ਜੀ ਨਸਲ ਨਹੀਂ ਇਹਦੀ, ਬੋਲੀ ਦੇਸੀ ਧੰਨੀ ਆ, ਕਿਹੜਾ ਵਾ, ਪੁਠਾਰੀ ਆ, ਕਿਹੜਾ ਵਾ, ਇਹ ਪੁਠਾਰੀ ਆ ਜੀ। ਇਹ 3 ਬੋਲਦ ਹੋ ਗਏ ਜੀ, ਇੱਕ ਰਹਿ ਗਿਆ ਵੱਡਾ ਹੋਰ, ਫਿਰ ਤੁਹਾਨੂੰ 2-4 ਬਹਿੜੇ ਹੋਰ ਵੀ ਦਿਖਾਉਣੇ ਆ। ਹੁਣ ਭਾਅ ਜੀ ਆ ਲਾਲ ਡੱਬੇ 'ਤੇ ਆਇਓ, ਲਾਲ ਡੱਬੇ ਦਾ ਬੋਲਿਓ, ਇਹ ਮੂੰਹ ਤੋਂ ਭਾਅ ਜੀ ਭਲਾ ਕਿੰਨਾ, ਇਹ ਵੀ ਛਿੱਗਾ ਹੀ ਆ, ਇਹਨੂੰ ਖੋਪੇ ਵੀ ਹੈਗੇ ਆ, ਆਹ ਜਿਹੜਾ ਮੂੰਹ ਤੋਂ ਇਹ ਛਿੱਗਾ ਵਾ, ਖੋਪੇ ਹੈਗੇ ਆ। ਭਾਅ ਜੀ ਇਹਦੀ ਨਸਲ ਇੱਕ ਵਾਰੀ ਬੋਲਿਓ, ਇਹ ਦੇਸੀ ਤੋਂ ਪੁਠਾਰੀ ਆ, ਮਤਲਬ ਇਹਦਾ ਪੇ ਜਿਹੜਾ ਸੀਗਾ ਉਹ ਪੁਠਾਰੀ ਸੀਗਾ, ਮਾਂ ਇਹਦੀ ਜਿਹੜੀ ਸੀਗੀ ਉਹ ਦੇਸੀ ਸੀਗੀ, ਹਰ ਕੰਮ ਦਾ ਹੀ ਹਾਲੀ ਆ, ਮੂੰਹ ਤੋਂ ਇਹ ਛਿੱਗਾ। ਹੁਣ ਭਾਅ ਜੀ ਕੁਰਬਾਨੀ ਵਾਲੇ ਜਾਨਵਰਾਂ 'ਤੇ ਆਇਓ ਜ਼ਰਾ, ਆਹ 2 ਜਾਨਵਰ ਹੈਗੇ ਆ ਜੀ ਕੁਰਬਾਨੀ ਵਾਲੇ, ਇਹ ਅਸੀਂ ਸੇਲ ਵੀ ਕਰਨੇ ਆ। ਭਾਅ ਜੀ ਇਹ ਮੂੰਹ ਤੋਂ ਦੋਂਦੇ ਆ, ਦੋਂਦੇ ਹੀ ਆ ਨਾ, ਇਹ ਦੋਂਦੇ ਆ। ਇੱਕ ਆਹ ਵਿਹੜਾ ਜੀ, ਇਹਦਾ ਭਾਅ ਜੀ ਕਰੋ ਮੂੰਹ ਐਨੂੰ,
ਕੋਈ ਨਾ ਕੋਈ ਨਾ, ਬਸ ਇੱਦਾਂ ਹੀ ਘੁਮਾ ਦਿਓ। ਇਹ ਭਾਅ ਜੀ ਮੂੰਹ ਤੋਂ ਦੋਂਦਾ ਜੀ, ਇਹ ਵੀ ਮੂੰਹ ਤੋਂ ਦੋਂਦਾ ਵਾ। ਇਹ ਕੁਰਬਾਨੀ ਦੇ ਜਾਨਵਰ ਆ, ਇਹ ਕਰਨੇ ਆ ਸੇਲ। ਜਿਹੜੇ ਚਾਰ ਵੱਡੇ ਬੋਲਦ ਦਿਖਾਏ ਆ ਉਹ ਕੁਰਬਾਨੀ ਵਾਸਤੇ ਨਹੀਂ, ਉਹ ਕੰਮ ਸ਼ੰਮ ਵਾਸਤੇ ਰੱਖੇ ਆ। ਹੁਣ ਮੈਂ ਸਾਰੀ ਡੇਰੇਦਾਰੀ ਭਰਾਵਾਂ ਦੇ ਨਾਲ ਸ਼ੇਅਰ ਕਰਨ ਲੱਗਾ। ਆਹ ਜਿਹੜਾ ਵਿਹੜਾ ਵਾ ਇਹ ਮੂੰਹ ਤੋਂ ਹੈਗਾ ਦੋਂਦਾ, ਕੁਰਬਾਨੀ 'ਤੇ ਸੇਲ ਕਰ ਦੇਣਾ ਵਾ। ਆਹ ਜਿਹੜੇ ਆ ਛੋਟੇ ਜਾਨਵਰ ਆ, ਬੱਚੀਆਂ ਬੱਚੇ। ਆ ਚੌਕੜਾ ਜਿਹੜਾ ਤੁਹਾਨੂੰ ਵੱਡਾ ਦਿਖਾਇਆ ਸੀਗਾ ਵੱਡਿਆਂ ਬੋਲਦਾਂ ਦਾ, ਨਸਲ ਵੀ ਦੱਸੀ, ਮੂੰਹ ਤੋਂ ਵੀ ਦੱਸੇ, ਅਤੇ ਸਾਰੀ ਗੱਲਬਾਤ ਜਿਹੜੀ ਆ ਭਰਾਵਾਂ ਨੂੰ ਮੈਂ ਦਿਖਾਈ ਜਾਵਾਂ। ਹੁਣ ਨਾਲ ਦੱਸਾਂ ਵੀ ਭਾਅ ਜੀ ਤਬੀਅਤ ਬਹੁਤ ਖਰਾਬ ਸੀਗੀ, ਤੁਹਾਡੇ ਪਿਆਰ ਦੀ ਖਾਤਰ ਹੀ ਮੈਂ ਆਇਆ। ਤੁਹਾਡਾ ਪਿਆਰ ਆਪਣੇ ਨੂੰ ਲੈ ਕੇ ਆਇਆ, ਤਬੀਅਤ ਹਜੇ ਵੀ ਸਾਥ ਨਹੀਂ ਦਿੰਦੀ। ਉਹ ਗੱਲਬਾਤ ਜਿਹੜੀ ਮੈਂ ਕਰਦਾ ਹੁੰਦਾ ਭਰਾਵਾਂ ਦੇ ਨਾਲ, ਉਹ ਗੱਲਬਾਤ ਹਜੇ ਵੀ ਮੇਰੇ ਕੋਲੋਂ ਨਹੀਂ ਹੋਣ ਦਈ। ਉਹਦੀ ਵਜ੍ਹਾ ਇਹ ਆ ਕਿ ਗਰਮੀ ਬਹੁਤ ਜ਼ਿਆਦਾ, ਤਬੀਅਤ ਬਹੁਤ ਖਰਾਬ ਰਹੀ, ਫੋਨ ਕਾਲਾਂ ਬਹੁਤ ਆਈਆਂ, ਜਿਹਦਾ ਕਰਕੇ ਫਿਰ ਭਰਾਵਾਂ ਦੇ ਵਾਸਤੇ ਮੈਂ ਦੁਬਾਰਾ ਵੀਡੀਓ ਬਣਾਉਣ ਆਇਆ। ਇੱਕ ਆਹ ਜੋੜਾ, ਇਹ ਵੀ ਕੁਰਬਾਨੀ ਦੇ ਵਾਸਤੇ ਹੀ ਆ, ਸੇਲ ਕਰਨਾ। ਇਹ ਮੂੰਹ ਤੋਂ ਦੋਂਦੇ ਹੀ ਆ, ਇਹ ਦੋਨੇ ਮੂੰਹ ਤੋਂ ਦੋਂਦੇ ਆ। ਇੱਕ ਦੂਸਰਾ ਵਿਹੜਾ ਦਿਖਾਇਆ ਸੀ ਉਹ ਵੀ ਦੋਂਦਾ ਹੀ ਸੀਗਾ। ਆਹ ਮੂੰਹ ਤੋਂ ਇਹਦੇ 6 ਦੰਦ ਆ। ਉਹਨਾਂ ਨੇ ਦੱਸਿਆ ਵੀ ਪੁਟਹਾਰੀ ਤਾਂ ਦੇਸੀ ਆ, ਇਹ ਘਰ ਦੇ ਵਾਸਤੇ ਕੰਮ ਲਈ ਰੱਖਿਆ। ਆਹ ਚੌਗਾ ਵਾ, ਇਹ ਵੀ ਘਰੇਲੂ ਰੱਖਿਆ ਕੰਮ ਵਾਸਤੇ। ਇੱਕ ਹੋਰ ਜਾਨਵਰ ਦਿਖਾਈਏ, ਇੱਕ ਆਹ ਚੀਨਾ ਜਿਹਾ, ਇਹ ਵੀ ਘਰੇਲੂ ਹੀ ਰੱਖਿਆ, ਇਹ ਵੀ ਮੂੰਹ ਤੋਂ ਛਿੱਗਾ ਹੀ ਆ। ਇੱਕ ਆਹ ਲਾਖਾ ਜਿਹਾ ਵਿਹੜਾ ਵਾ, ਇਹ ਵੀ ਦੋਂਦਾ ਹੀ ਆ, ਇਹ ਵੀ ਸੇਲ ਕਰ ਦੇਣਾ। ਹੁਣ ਤਾਂ ਨਾਲ ਨਾਲ ਡੇਰੇਦਾਰੀ ਵੀ ਦਿਖਾਈ ਜਾਈਏ, ਨਾਲ ਨਾਲ ਭਰਾਵਾਂ ਨੂੰ ਗੱਲਬਾਤ ਵੀ ਦੱਸੀ ਜਾਈਏ। ਇੱਕ ਆਹ ਵੀ ਆ ਵਿਹੜਾ, ਇਹ ਵੀ ਦੋਂਦਾ ਹੀ ਆ, ਇਹ ਵੀ ਸੇਲ ਕਰਨਾ ਵਾ। ਗੱਲ ਆ ਵੀ ਮੈਨੂੰ ਦੇਸ਼ ਤੋਂ ਵਿਦੇਸ਼ ਤੋਂ ਲੈਂਦੇ, ਪੰਜਾਬ ਤੋਂ ਚੜ੍ਹਦੇ, ਪੰਜਾਬ ਤੋਂ UK ਤੋਂ, ਕੈਨੇਡਾ ਤੋਂ, USA ਤੋਂ, ਹਰ ਕੰਟਰੀ ਤੋਂ ਹੀ ਮੇਰੀ ਵੀਡੀਓ ਨੂੰ ਭਰਾ ਜਿਹੜੇ ਆ ਮੇਰੇ ਫੈਨ ਆ ਉਹ ਵਾਚ ਕਰਦੇ ਆ। ਪਰ ਮਾਣ, ਖੁਸ਼ੀ ਅਤੇ ਚਾਅ ਉਦੋਂ ਚੜ੍ਹਦਾ ਜਦੋਂ ਚੜ੍ਹਦੇ ਪੰਜਾਬ ਵਾਲੇ ਭਰਾ ਆਉਂਦੇ ਆਪਣੀ ਵੀਡੀਓ 'ਤੇ, ਆਪਣੇ ਦਿਲ ਦੀਆਂ ਗੱਲਾਂ ਬਾਤਾਂ ਦੱਸਦੇ ਆ, ਇਜ਼ਹਾਰ ਕਰਦੇ ਆ। ਉਹ ਤਾਂ ਚਾਅ ਬਹੁਤਾ ਉਦੋਂ ਹੁੰਦਾ ਕਿ ਇੱਕ ਤਾਂ ਉਹਨਾਂ ਦਾ ਰਹਿਣ ਸਹਿਣ ਸਾਡੇ ਵਾਲਾ, ਬੋਲੀ ਇੱਕ, ਗੱਲਬਾਤ ਇੱਕ, ਰਹਿਣ ਸਹਿਣ ਹਰ ਗੱਲਬਾਤ ਇੱਕ। ਦੂਜੀ ਗੱਲ ਵੀ ਜਿਹੜਾ ਮੇਰਾ ਪਿਛੋਕੜ ਆ ਉਹ ਵੀ ਚੜ੍ਹਦੇ ਪੰਜਾਬ ਆ। ਸਾਡਾ ਜਿਹੜਾ ਪਿਛੋਕੜ ਆ, ਸਾਡੇ ਜਿਹੜੇ ਵਡੇਰੇ ਸੀਗੇ ਦਾਦੇ ਪੜਦੇ, ਉਹ ਚੜ੍ਹਦੇ ਪੰਜਾਬ ਤੋਂ ਸੀਗੇ। ਫਿਰ ਸਨ 47 ਨੇ ਬਹੁਤ ਕੁਛ ਇੱਧਰ ਉੱਧਰ ਕੀਤਾ, ਅਤੇ ਜਿਹਦੀ ਵਜ੍ਹਾ ਤੋਂ ਸਾਂਝਾਂ ਹਜੇ ਵੀ ਸਾਡੀਆਂ ਇਕੱਠੀਆਂ ਹੀ ਆ। ਤਾਂ ਕਰਕੇ ਸਾਂਝੇ ਚੜ੍ਹਦੇ ਪੰਜਾਬ ਵਾਲੇ ਭਰਾ ਜਦੋਂ ਵੀਡੀਓ 'ਤੇ ਆਉਂਦੇ ਆ ਅਤੇ ਬਹੁਤਾ ਮਾਣ ਉਦੋਂ ਤਾਂ ਮਹਿਸੂਸ ਹੁੰਦਾ। ਇੱਕ ਬੋਲ ਦਾ ਵੀ ਦਿਖਾਇਆ ਸੀ, ਇਹ ਮੂੰਹ ਤੋਂ ਭਾਅ ਜੀ ਨੇ ਦੱਸਿਆ ਸੀ ਵੀ ਛਿੱਗਾ ਵਾ, ਇਹ ਘਰੇਲੂ ਹੀ ਰੱਖਿਆ, ਘਰ ਦਾ ਕੰਮ ਸ਼ੰਮ ਕਰੀਦਾ। ਹੁਣ ਜਿੱਦਾਂ ਹਲ ਹੁਲ ਵਾਹ ਕੇ ਆਏ ਹਾਂ, ਪੱਠੇ ਲੈ ਕੇ ਆਏ ਹਾਂ, ਅਤੇ ਆਉਂਦੇ ਹੀ ਇਹਦੀ ਵਾਰੀ ਫਿਰ ਜਿਹੜੀ ਆ ਵੀ ਗੇਅਰ 'ਤੇ ਆ ਗਈ, ਆਉਂਦੇ ਹੀ ਗੇਅਰ 'ਤੇ ਫਿਰ ਜੋੜਤਾ ਇਹਨੂੰ। ਅਤੇ ਜੇ ਤੁਸੀਂ ਵੀ ਪੰਜਾਬ ਪਾਕਿਸਤਾਨ ਦੇ ਪੁਰਾਣੇ ਵਿਰਸੇ ਨੂੰ ਦੇਖਣਾ ਪਸੰਦ ਕਰਦੇ ਹਾਂ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਪਿੰਡ ਪੰਜਾਬ ਦੇ ਪਾਕਿਸਤਾਨ ਨੂੰ, ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਇਹ ਲੱਗੀ ਆ ਮਸ਼ੀਨ, ਚੌਕਾ ਲੱਗਿਆ ਵਾ, ਬਜ਼ੁਰਗ ਗਾਲਾਂ ਲਾਈ ਜਾਂਦੇ ਆ, ਪੱਠੇ ਕੁਦਰ ਹੋਈ ਜਾਂਦੇ ਆ।
ਵੀ ਚੜ੍ਹਦੇ ਵਾਲਿਓ ਭਰਾਵੋ, ਮੈਂ ਜਾਣਦਾ ਤੁਹਾਨੂੰ 8-10 ਦਿਨ ਵੇਟ ਕਰਨਾ ਪਿਆ, ਉਹਦੇ ਵਾਸਤੇ ਬਹੁਤ ਸਾਰੀ ਮਾਜ਼ਰਤ, ਅਤੇ ਤੁਹਾਡਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਵੀ ਤੁਸੀਂ ਵੀਡੀਓ 'ਤੇ ਆਉਂਦੇ ਰਹਿੰਦੇ ਆ, ਮੈਨੂੰ ਵਾਚ ਕਰਦੇ ਰਹਿੰਦੇ ਆ, ਮਾਣ ਬਖਸ਼ਦੇ ਰਹਿੰਦੇ ਆ, ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਅਤੇ ਜਦੋਂ ਤੁਸੀਂ ਵੀਡੀਓ 'ਤੇ ਆਉਂਦੇ ਹੋ ਤਾਂ ਸਿਰ ਜਿਹੜਾ ਮੇਰਾ ਉਹ ਲਹੂ ਵੱਧ ਜਾਂਦਾ। ਇੱਕ ਆ ਗੋਰਾ ਜਿਹਾ ਬੱਛਾ ਬੈਠਾ ਐ ਨੂੰ ਢੂਈ ਮੇਰੇ ਵੱਲ ਨੂੰ ਕਰਕੇ, ਮੂੰਹ ਇਹਦਾ ਪਰਾਂ ਨੂੰ ਆ, ਇਹ ਵੀ ਦੁੰਦਾ ਹੀ ਆ, ਇਹ ਵੀ ਫਾਰ ਸੇਲ ਆ ਕੁਰਬਾਨੀ ਵਾਸਤੇ। ਆਹ ਜਿਹੜੀ ਆ ਇਹ ਸਾਰੀ ਡੇਰੇਦਾਰੀ ਆ। ਹੁਣ ਬੋਲਦਾ ਤਾਂ ਫਿਰ ਕੈਮਰਾ ਇੱਕ ਵਾਰੀ ਮੈਂ ਲਾਉਣ ਲੱਗਾ। ਆਹ ਤਿੰਨ ਬੋਲਦ ਜਿਹੜੇ ਆ, ਇੱਕ ਮੂੰਹ ਤੋਂ ਚੌਗਾ ਉਹ ਜਿਹੜਾ ਦੂਸਰੀ ਸਾਈਡ 'ਤੇ ਵੱਜਿਆ ਪਿੱਛੇ, ਦੋ ਜਿਨ੍ਹਾਂ ਦੇ ਮੂੰਹ ਥੋੜ੍ਹੇ ਥੋੜ੍ਹੇ ਐਂ ਨੂੰ ਆ, ਇਹ ਛਿੱਗੇ ਆ ਮੂੰਹ ਤੋਂ। ਅਤੇ ਇੱਕ ਵਾਰੀ ਭਾਅ ਜੀ ਫਿਰ ਦੱਸਦਾ ਜਾਵਾਂ ਆਪਣੇ ਫੈਨਾਂ ਨੂੰ, ਭਾਅ ਜੀ ਤਬੀਅਤ ਬਹੁਤ ਖਰਾਬ ਆ ਜਿਸ ਕਰਕੇ ਵੀਡੀਓ 'ਤੇ ਨਹੀਂ ਆ ਹੁੰਦਾ, ਤੁਹਾਨੂੰ ਵੇਟ ਕਰਨਾ ਪੈਂਦਾ। ਅਤੇ ਡੇਰੇਦਾਰੀ ਸਾਰੀ ਤੁਹਾਨੂੰ ਦਿਖਾਈ, ਮੰਦਰ ਕਿੱਦਾਂ ਲੱਗਿਆ, ਮਾਹੌਲ ਕਿੱਦਾਂ ਲੱਗਿਆ। ਅਤੇ ਜੇ ਤੁਸੀਂ ਵੀ ਪੰਜਾਬ ਦੇ ਇਹੋ ਜਿਹੇ ਵਿਰਸੇ ਨੂੰ ਦੇਖਣਾ ਪਸੰਦ ਕਰਦੇ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਉਹ ਗੱਡਾ ਲੱਦਿਆ ਪੱਠਿਆਂ ਦੇ ਨਾਲ, ਨਾਲ ਨਾਲ ਪੱਠੇ ਲਾਈ ਜਾਂਦੇ ਆ, ਨਾਲ ਨਾਲ ਕੁਤਰੀ ਜਾਂਦੇ ਆ। ਅਤੇ ਆਹ ਬੋਲ ਜਿਹੜਾ ਗੇਅਰ 'ਤੇ ਜੋੜਿਆ ਚੱਲਣ ਦਿਆ ਵਾ। ਹੁਣ ਮੈਨੂੰ ਦਿਓ ਤੁਸੀਂ ਇਜਾਜ਼ਤ, ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਉਦੋਂ ਤਾਂ ਹੀ ਰੱਬ ਰੱਖਾ। ਅਤੇ ਇਹ ਚੈਨਲ ਜਿਹੜਾ ਵਾ ਇਹ ਮੈਂ ਭਰਾਵਾਂ ਦੇ ਵਾਸਤੇ ਸਪੈਸ਼ਲ ਬਣਾਇਆ, ਬੋਲਦਾਂ ਦੇ ਵਾਸਤੇ, ਜਿਹੜੇ ਬੋਲਦ ਜ਼ਿਮੀਦਾਰ ਦੇ ਵਿੱਚ ਕੰਮ ਆਉਂਦੇ ਆ ਉਹਨਾਂ ਦੇ ਵਾਸਤੇ। ਵੀਡੀਓ ਕਿੱਦਾਂ ਲੱਗੀ, ਮਾਹੌਲ ਕਿੱਦਾਂ ਲੱਗਿਆ, ਇਹ ਹੁਣ ਮੈਨੂੰ ਮੇਰੇ ਭਰਾ ਹੀ ਦੱਸਣਗੇ।